ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇਹ ਨੌਜਵਾਨ ਚੋਰ ਹੈ ਔਰ ਇਹ ਉਹ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ। ਦਰਅਸਲ ਇੱਥੇ ਮੋਟਰਸਾਈਕਲ ਖੜੇ ਨੇ। ਇਹ ਚੋਰ ਇਹਨਾਂ ਦੇ ਵਿੱਚੋਂ ਇੱਕ ਮੋਟਰਸਾਈਕਲ ਚੋਰੀ ਕਰਕੇ ਬੜੇ ਹੀ ਸੌਖੇ ਢੰਗ ਦੇ ਨਾਲ ਫਰਾਰ ਹੋ ਜਾਂਦਾ। ਤਸਵੀਰਾਂ ਫਲੋਰ ਤੋਂ ਸਾਹਮਣੇ ਆਈਆਂ ਨੇ। ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਬਾਹਰ ਬਾਈਕ ਖੜੇ ਹੋਏ ਨੇ ਔਰ ਇਹ ਨੌਜਵਾਨ ਕੰਨ ਤੇ ਫੋਨ ਲਗਾ ਕੇ ਡਰਾਮਾ ਕਰਦਾ ਔਰ ਮੋਟਰਸਾਈਕਲ ਤੇ ਆ ਕੇ ਬੈਠ ਜਾਂਦਾ, ਫਿਰ ਲੌਕ ਤੋੜਦਾ ਔਰ ਬੜੇ ਹੀ ਸੌਖੇ ਤਰੀਕੇ ਦੇ ਨਾਲ ਇੱਥੋਂ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ। ਚਿੱਟੇ ਦਿਨ ਇਸ ਨੌਜਵਾਨ ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ। ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਸਕੂਲ ਦੇ ਬਾਹਰ ਖੜੇ ਮੋਟਰਸਾਈਕਲਾਂ ਦੇ ਵਿੱਚੋਂ ਇੱਕ ਬਾਈਕ ਇਸ ਨੌਜਵਾਨ ਨੇ ਚੋਰੀ ਕੀਤਾ। ਲੋਈ ਇਸ ਤੇ ਲਈ ਹੋਈ ਹੈ, ਕਾਲੀ ਜੈਕਟ ਔਰ ਕਾਲੀ ਲੋਅਰ ਪਾ ਕੇ ਇੱਥੇ ਪਹੁੰਚਿਆ ਔਰ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਕੰਨ ਤੇ ਫੋਨ ਲਗਾ ਕੇ ਡਰਾਮਾ ਕੀਤਾ, ਮੋਟਰਸਾਈਕਲ ਤੇ ਆ ਕੇ ਬੈਠਾ, ਲੌਕ ਤੋੜ ਕੇ ਇੱਥੋਂ ਰਫੂ ਚੱਕਰ ਹੋ ਗਿਆ ਔਰ ਇਸਦਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇਹ ਨੌਜਵਾਨ ਚੋਰ ਹੈ ਔਰ ਇਹ ਉਹ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ। ਦਰਅਸਲ ਇੱਥੇ ਮੋਟਰਸਾਈਕਲ ਖੜੇ ਨੇ। ਇਹ ਚੋਰ ਇਹਨਾਂ ਦੇ ਵਿੱਚੋਂ ਇੱਕ ਮੋਟਰਸਾਈਕਲ ਚੋਰੀ ਕਰਕੇ ਬੜੇ ਹੀ ਸੌਖੇ ਢੰਗ ਦੇ ਨਾਲ ਫਰਾਰ ਹੋ ਜਾਂਦਾ। ਤਸਵੀਰਾਂ ਫਲੋਰ ਤੋਂ ਸਾਹਮਣੇ ਆਈਆਂ ਨੇ। ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਬਾਹਰ ਬਾਈਕ ਖੜੇ ਹੋਏ ਨੇ ਔਰ ਇਹ ਨੌਜਵਾਨ ਕੰਨ ਤੇ ਫੋਨ ਲਗਾ ਕੇ ਡਰਾਮਾ ਕਰਦਾ ਔਰ ਮੋਟਰਸਾਈਕਲ ਤੇ ਆ ਕੇ ਬੈਠ ਜਾਂਦਾ, ਫਿਰ ਲੌਕ ਤੋੜਦਾ ਔਰ ਬੜੇ ਹੀ ਸੌਖੇ ਤਰੀਕੇ ਦੇ ਨਾਲ ਇੱਥੋਂ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ। ਚਿੱਟੇ ਦਿਨ ਇਸ ਨੌਜਵਾਨ ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ। ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਸਕੂਲ ਦੇ ਬਾਹਰ ਖੜੇ ਮੋਟਰਸਾਈਕਲਾਂ ਦੇ ਵਿੱਚੋਂ ਇੱਕ ਬਾਈਕ ਇਸ ਨੌਜਵਾਨ ਨੇ ਚੋਰੀ ਕੀਤਾ। ਲੋਈ ਇਸ ਤੇ ਲਈ ਹੋਈ ਹੈ, ਕਾਲੀ ਜੈਕਟ ਔਰ ਕਾਲੀ ਲੋਅਰ ਪਾ ਕੇ ਇੱਥੇ ਪਹੁੰਚਿਆ ਔਰ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਕੰਨ ਤੇ ਫੋਨ ਲਗਾ ਕੇ ਡਰਾਮਾ ਕੀਤਾ, ਮੋਟਰਸਾਈਕਲ ਤੇ ਆ ਕੇ ਬੈਠਾ, ਲੌਕ ਤੋੜ ਕੇ ਇੱਥੋਂ ਰਫੂ ਚੱਕਰ ਹੋ ਗਿਆ ਔਰ ਇਸਦਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇਹ ਨੌਜਵਾਨ ਚੋਰ ਹੈ ਔਰ ਇਹ ਉਹ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ। ਦਰਅਸਲ ਇੱਥੇ ਮੋਟਰਸਾਈਕਲ ਖੜੇ ਨੇ। ਇਹ ਚੋਰ ਇਹਨਾਂ ਦੇ ਵਿੱਚੋਂ ਇੱਕ ਮੋਟਰਸਾਈਕਲ ਚੋਰੀ ਕਰਕੇ ਬੜੇ ਹੀ ਸੌਖੇ ਢੰਗ ਦੇ ਨਾਲ ਫਰਾਰ ਹੋ ਜਾਂਦਾ। ਤਸਵੀਰਾਂ ਫਲੋਰ ਤੋਂ ਸਾਹਮਣੇ ਆਈਆਂ ਨੇ। ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਬਾਹਰ ਬਾਈਕ ਖੜੇ ਹੋਏ ਨੇ ਔਰ ਇਹ ਨੌਜਵਾਨ ਕੰਨ ਤੇ ਫੋਨ ਲਗਾ ਕੇ ਡਰਾਮਾ ਕਰਦਾ ਔਰ ਮੋਟਰਸਾਈਕਲ ਤੇ ਆ ਕੇ ਬੈਠ ਜਾਂਦਾ, ਫਿਰ ਲੌਕ ਤੋੜਦਾ ਔਰ ਬੜੇ ਹੀ ਸੌਖੇ ਤਰੀਕੇ ਦੇ ਨਾਲ ਇੱਥੋਂ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ। ਚਿੱਟੇ ਦਿਨ ਇਸ ਨੌਜਵਾਨ ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ। ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਸਕੂਲ ਦੇ ਬਾਹਰ ਖੜੇ ਮੋਟਰਸਾਈਕਲਾਂ ਦੇ ਵਿੱਚੋਂ ਇੱਕ ਬਾਈਕ ਇਸ ਨੌਜਵਾਨ ਨੇ ਚੋਰੀ ਕੀਤਾ। ਲੋਈ ਇਸ ਤੇ ਲਈ ਹੋਈ ਹੈ, ਕਾਲੀ ਜੈਕਟ ਔਰ ਕਾਲੀ ਲੋਅਰ ਪਾ ਕੇ ਇੱਥੇ ਪਹੁੰਚਿਆ ਔਰ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਕੰਨ ਤੇ ਫੋਨ ਲਗਾ ਕੇ ਡਰਾਮਾ ਕੀਤਾ, ਮੋਟਰਸਾਈਕਲ ਤੇ ਆ ਕੇ ਬੈਠਾ, ਲੌਕ ਤੋੜ ਕੇ ਇੱਥੋਂ ਰਫੂ ਚੱਕਰ ਹੋ ਗਿਆ ਔਰ ਇਸਦਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ।